ਅੱਜ ਦਾ ਮੁੰਡੇ ਕੋਲ ਸਿਵਲ ਡਰੈਸ ਬੈਠਾ। ਆਪਾਂ ਤਾਂ ਸਿਵਲ ਡਰੈਸ ਤਾਂ ਕਹਿ ਦਿੰਦੇ ਹਾਂ ਕਿਉਂਕਿ ਸਕੂਲ ਦੀ ਹੁੰਦੀ ਯੂਨੀਫਾਰਮ, ਹੈ ਨਾ। ਅਤੇ ਭਾਈ ਦਮਨ ਅੱਜ ਆਹ ਡਰੈਸ, ਦਮਨ ਅੱਜ ਚੱਲਿਆ ਸਕੂਲ ਆਹ ਡਰੈਸ ਪਾ ਕੇ, ਆਹ ਡਰੈਸ ਪਾ ਕੇ ਤੈਨੂੰ ਰੋਜ਼ ਜਾਂਦੇ। ਅਤੇ ਗੁੱਡ ਮੋਰਨਿੰਗ ਜੀ, ਨਿਊ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ। ਨਿਊ ਵਲੌਗ ਸ਼ੁਰੂ ਕਰਤਾ, ਟਾਈਮ ਦੇਖ ਲਓ ਉੱਤੇ। ਅਤੇ ਦਮਨ ਦੀ ਫੁੱਲ ਤਿਆਰੀ ਹੈ, ਦਮਨ ਰੋਟੀ ਖਾ ਰਹੀ ਹੈ, ਇਹ ਰਾਜਮਾਂਹ ਚੌਲ ਬਣਾਏ ਸੀ ਉਹ ਖਾ ਰਿਹਾ ਦਮਨ। ਗਰਮੀ ਇੰਨੀ ਹੋਈ ਪਈ ਨਾ ਬਾਹਰ, ਮੌਸਮ ਐਂ ਗੁੰਮਾ ਹੋਇਆ ਪਿਆ, ਪਰ ਮੀਂਹ ਦੇ ਚਾਂਸ ਨਹੀਂ ਹੈਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਵਧੀਆ। ਅਤੇ ਵਲੌਗ ਆਪਾਂ ਸ਼ੁਰੂ ਕਰਤਾ ਜੀ। ਸਭ ਤੋਂ ਪਹਿਲਾਂ ਜਿਹੜੇ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਆਪਾਂ ਅੱਜ, ਮੈਂ ਉੱਠੀ ਸੀ 6 ਵਜੇ ਉੱਠ ਕੇ ਅੱਜ ਦਮਨ ਦਾ ਲੰਚ ਬੋਕਸ ਤਿਆਰ ਕੀਤਾ। ਅੱਜ ਸਬਜ਼ੀ ਪਈ, ਅੱਜ ਸਿਰਫ ਆਪਾਂ ਨੇ ਫੁਲਕੇ ਚੌਲ ਬਣਾਏ, ਚੌਲ ਦਿੱਤੇ ਦਮਨ ਨੂੰ, ਅਤੇ ਚਾਹ ਚੂਹ ਬਣਾ ਕੇ ਦਮਨ ਚਾਹ ਪੀਤੀ ਪਈ ਹੈ। ਤਾਰ ਗਏ ਹੋਏ ਨੇ ਸੈਰ ਕਰਨ, ਹਾਂ ਇੱਥੇ ਰੱਖ ਲਓ, ਥੱਲੇ ਰੱਖ ਲਓ ਦਮਨ ਦੀ ਚਾਹ, ਪੱਖਾ ਚੱਲ ਰਿਹਾ ਉੱਤੇ, ਇੱਥੇ ਠੰਡੀ ਹੋ ਜਾਣੀ। ਮਲਾਈ ਆ ਗਈ ਚਾਹ ਤੋਂ ਦਮਨ। ਅਤੇ ਚਲੋ ਜੀ, ਉਹ ਤਾਰ ਸੈਰ ਕਰਨ ਗਏ ਨੇ, ਆਉਂਦੇ ਨੇ ਫਿਰ ਆਪਾਂ ਮਿਲਦੇ ਹਾਂ। ਆਪਣੀ ਵੀ ਆ ਗਈ ਚਾਹ, ਆਹ ਕੱਪ ਲੈ ਕੇ ਆਏ ਸੀ ਆਪਾਂ ਉੱਧਰ, ਅਤੇ ਆਪ ਜਾ ਆਪਾਂ ਇਹਦੇ 'ਚ ਚਾਹ ਪੀਣੀ। ਆ ਜਾਓ ਦਮਨ, ਆ ਜਾਓ, ਲੇਟ ਹੋ ਜਾਣਾ, ਵੈਨ ਆ ਗਈ। ਆ ਜਾਓ, ਬਾਏ, ਲਵ ਯੂ। ਲਓ ਜੀ, ਅਸੀਂ ਚੱਲੇ ਹਾਂ ਸਿਮਰਨ ਦਾ ਸਮਾਨ ਕੋਰੀਅਰ ਕਰਵਾਉਣ। ਸਿਮਰਨ ਨੂੰ ਭੇਜਣੀ ਮਠਿਆਈ ਜਿਹੜੀ ਬਣਾਈ ਸੀ, ਅਤੇ ਨਾਲ ਮੱਠੀਆਂ ਮੁੱਠੀਆਂ ਲੈ ਲਈਆਂ, ਇਹ 'ਚ ਸਾਰੀਆਂ ਮੱਠੀਆਂ ਮੁੱਠੀਆਂ, ਅਤੇ ਜਿਹੜੀ ਮਠਿਆਈ ਬਣਾਈ ਉਹ ਆ। ਅਤੇ ਆਕਾਰ ਬਾਕੀ ਲੈਣ ਗਏ ਨੇ ਸਿੰਮੂ ਵਾਸਤੇ ਬਰਫੀ, ਕਹਿੰਦੀ ਬਰਫੀ ਲੈ ਕੇ ਆਇਓ। ਆ ਜਾ ਰਿਹਾ ਸਾਡੀ ਸਿਮਰਨ ਦਾ ਸਮਾਨ, ਇਹੋ ਜਿਹੀਆਂ ਚੀਜ਼ਾਂ ਜਾ ਰਹੀਆਂ। ਗੁਰੂ ਚੇਲਾ ਅਤੇ ਭਈਆ ਬੋਲਦੇ ਕਾਲੀ ਜ਼ਬਾਨ ਵੀ ਆਉਂਦੀ, ਲਾਲ ਜ਼ਬਾਨ ਤਾਂ ਹੈਗੀ, ਕਾਲੀ ਜ਼ਬਾਨ ਵੀ ਆਉਂਦੀ ਹੈ। ਬਸ ਜਿਹੜੇ ਬੱਚੇ ਪਲੱਸ ਟੂ ਕਰਕੇ ਗ੍ਰੈਜੂਏਸ਼ਨ ਕਰਕੇ ਗਏ ਨਾ, ਉਹਨਾਂ ਨੂੰ ਆਹੀ ਚੀਜ਼ਾਂ ਪਸੰਦ ਨੇ, ਬਸ ਉਹਨਾਂ ਨੂੰ ਇਹ। ਜੇ ਸਾਡੇ ਵਰਗਾ ਜਾਂਦਾ ਕੁੜੀਆਂ ਨੂੰ ਖਾਸ ਕਰਕੇ, ਜਿਹੜਾ ਸਾਡੇ ਵਰਗਾ ਜਾਂਦਾ, ਸਾਡੇ ਵਰਗਾ ਇਹਨਾਂ ਘਿਓ ਲਿਆਇਓ ਦੇਸੀ। ਇੱਧਰ ਸਮਾਨ ਸਿਮਰਨ ਦਾ ਹੋ ਰਿਹਾ ਪੈਕ, ਵਿੱਚ ਹਰਨੀਤ ਦੀਦੀ ਦੇ ਬਿਸਕੁਟ ਨੇ, ਹਰਨੀਤ ਦੀਦੀ ਵਾਸਤੇ ਬਿਸਕੁਟ ਨੇ, ਨਾਲ ਵਿੱਚ ਮਠਿਆਈ ਹੈ, ਮਿਕਸ ਕਰਕੇ ਖਾਣਾ। ਹਾਂ ਡਰਾਈ ਫਰੂਟ ਮਿਕਸ ਆ, ਹਾਂ ਪੰਜੀਰੀ ਹੈ, ਇੱਕ ਸੂਜੀ ਦੀ ਇੱਕ ਛੋਲਿਆਂ ਦੀ, ਅਲੱਗ ਅਲੱਗ। ਪਾਪਕੋਰਨ ਲਿਆਂਦੇ ਨੇ, ਇੱਕੋ ਹੀ ਲਿਆਂਦਾ, ਹੋਰ ਲੈ ਆਉਂਦੇ ਜੇ 11 ਕਿਲੋ ਨਾ ਪੂਰਾ ਇਹਦੇ ਚ ਆਪਾਂ ਪਾਏ ਜਿਹੜੇ ਗੋਂਦ ਵੇ ਲੱਡੂ ਬਣਾਏ ਹੋਣੇ, ਇਹਦੇ ਚ ਪਾਏ ਨੇ।
ਬੈਕ ਸੋਮਵਾਰ ਮੰਗਦੇ ਤਾਂ ਪਹੁੰਚ ਵੀ ਛੁੱਟੀਆਂ ਨੇ ਨਾ ਦੋ ਸੰਡੇ ਦੇ ਸੈਟਰਡੇ ਦੇ ਠੀਕ ਹੈ ਜੀ ਦੋ ਰੁਕੀਆਂ ਹੈ ਨਾ ਸੈਟਰਡੇ ਦੇ ਠੀਕ ਹੈ ਜੋਰ ਨਾ ਬੜਾ ਪਵੇ ਉੱਤੇ ਨਾ ਚੀਜ਼ਾਂ ਟੁੱਟ ਜਾਣਗੀਆਂ ਕਿੰਨਾ ਹੋ ਗਿਆ ਲੋ ਤੁਸੀਂ ਕਹਿੰਦੇ 11 ਨਹੀਂ ਹੋਣਾ ਹੁਣ ਵੇਟ ਥੋੜ੍ਹਾ ਜਿਹਾ ਘਟਾ ਰਹੇ ਨੇ ਕਹਿੰਦੇ ਥੋੜ੍ਹਾ ਜਿਹਾ ਕੱਢ ਲਓ ਸਹੀ ਪੈ ਜੂ ਬਸ ਇੱਕ ਦੋ ਚੀਜ਼ ਕੱਢ ਲੈਂਦੇ ਹਾਂ ਬਸ ਇਹ ਕੱਢ ਲਓ ਕੋਈ ਗੱਲ ਨਹੀਂ ਬਸ ਇਹ ਕੱਢ ਲਓ ਕੋਈ ਗੱਲ ਨਹੀਂ ਜੀ ਪੈਕਿੰਗ ਹੋ ਗਈ ਸਿਮਰਨ ਦੇ ਸਮਾਨ ਦੀ 13 ਕਿਲੋ ਸਮਾਨ ਹੋ ਗਿਆ ਆਹ ਸਮਾਨ ਅਸੀਂ ਕੱਢ ਲਿਆ ਵਿੱਚ ਪਿਆ ਨਹੀਂ ਹੈਗਾ ਪੈਕਿੰਗ ਹੋ ਗਈ ਵਧੀਆ ਤਰੀਕੇ ਨਾਲ ਪੈਕਿੰਗ ਹੋ ਗਈ ਖੋਲ੍ਹ ਖੋਲ੍ਹ ਕੇ ਕਮਲੀ ਹੋ ਜਾਣਾ ਸਿਮਰਨ ਨੇ ਟੇਪਾਂ ਲਾ ਲਾ ਕੇ ਅਤੇ ਹਾਂਜੀ ਕੋਰੀਅਰ ਲਗਵਾ ਕੇ ਆ ਗਏ ਸੀ ਇਹ ਸਿਮਰਨ ਦਾ ਅਤੇ ਸਿਮਰਨ ਨੂੰ ਭੇਜਤਾ ਸਮਾਨ ਜਿਹੜਾ ਸਿਮਰਨ ਨੇ ਸਾਰਾ ਮੰਗਾਇਆ ਲਟਰਮ ਪਟਰਮ ਸਿਮਰਨ ਨੇ ਜ਼ਿਆਦਾ ਮੰਗਾਇਆ ਅਤੇ ਕੁਛ ਜਿਹੜੇ ਲੱਡੂ ਬਣਾਏ ਸੀ ਉਹ ਭੇਜੇ ਨੇ ਅਤੇ ਕੁਛ ਹੋਰ ਸਮਾਨ ਸੀ ਉਹ ਭੇਜਿਆ ਅਤੇ ਬਸ ਉਹ ਕਰਾ ਕੇ ਕੋਰੀਅਰ ਅਵਤਾਰ ਚਲੇ ਗਏ ਨੇ ਔਫਿਸ ਅਤੇ ਮੈਂ ਵੀ ਆਪਣੇ ਘਰ ਦੇ ਕੰਮ ਕਾਰ ਸਾਰੇ ਖਤਮ ਕਰ ਲਏ ਨੇ ਆ ਕੇ ਵਲੋਗ ਸ਼ੂਟ ਨਹੀਂ ਕੀਤਾ ਬਸ ਕੰਮ ਕਾਰ ਕਰਨ ਲੱਗ ਪਈ ਕਿਉਂਕਿ ਲੇਟ ਹੋ ਗਏ ਸੀ ਕਾਫੀ ਅਤੇ ਚਲੋ ਜੀ ਵਲੋਗ ਕਰਦੇ ਹਾਂ ਆਪਾਂ ਕੰਟੀਨਿਊ ਪਹਿਲਾਂ ਆਪਾਂ ਕੁਛ ਕੱਪੜਿਆਂ ਦਾ ਕੰਮ ਹੈ ਉਹ ਦੇਖ ਲਈਏ ਅਤੇ ਇੱਧਰ ਆਪਣੇ ਕੱਪੜੇ ਕੁਛ ਕੁ ਪੈਕ ਹੋ ਗਏ ਨੇ ਜਿਹੜੇ ਆ ਕੋਰੀਅਰ ਜਾਣੇ ਨੇ ਅਤੇ ਬਾਕੀ ਕੁਛ ਜੋਰਜਟ ਦੇ ਬਸ ਆਹ ਥੋੜ੍ਹੇ ਜਿਹੇ ਸੂਟ ਬਚੇ ਨੇ ਇਹਨਾਂ ਦੇ ਆਪਾਂ ਵੀਡੀਓ ਪਾਈ ਸੀ ਅਤੇ ਬਸ ਆਹੀ ਥੋੜ੍ਹੇ ਜਿਹੇ ਰਹਿ ਗਏ ਨੇ ਪੀਸ ਤਾਂ ਅਗਰ ਕਿਸੇ ਨੂੰ ਮੇਰੀ ਭੈਣ ਨੂੰ ਚਾਹੀਦੇ ਹੁਣ ਤਾਂ ਕਮੈਂਟ ਕਰਕੇ ਦੱਸਿਓ ਅਤੇ ਆਪਣਾ ਵੀਡੀਓ 'ਤੇ ਵਟਸਐਪ ਨੰਬਰ ਦਿੱਤਾ ਹੋਇਆ ਉੱਥੇ ਤੁਸੀਂ ਮੈਨੂੰ ਵਟਸਐਪ ਕਰ ਲਿਓ ਅਤੇ ਇੱਧਰ ਕੋਟਨ ਦੇ ਸੂਟਾਂ ਦੀ ਵੀਡੀਓ ਪਾਈ ਸੀ ਇਹਨਾਂ 'ਚੋਂ ਵੀ ਸੇਲ ਹੋ ਗਏ ਨੇ ਬਸ ਥੋੜ੍ਹੇ ਜਿਹੇ ਪੀਸ ਰਹਿ ਗਏ ਨੇ ਆਪਣੇ ਕੋਲ ਅਤੇ ਇਹ ਆਪਾਂ ਨੇ ਕੋਰੀਅਰ ਭੇਜਣੇ ਨੇ ਫਿਰ ਸਵੇਰੇ ਕਰਾਂਗੇ ਕੋਰੀਅਰ ਹੇ ਗਾਈਜ਼ ਮੈਂ ਟਿਊਸ਼ਨ ਤੋਂ ਆ ਗਈ ਹਾਂ ਸਕੂਲ 'ਚ ਇੱਧਰ ਟਿਊਸ਼ਨ ਚਲ ਗਈ ਸੀਗੀ ਅਤੇ ਮੰਮਾ ਲੈ ਕੇ ਆਏ ਨੇ ਮੈਨੂੰ ਜਿਹੜਾ ਸਮਾਨ ਪੈਕ ਕਰਵਾਇਆ ਸੀ ਨਾ ਸਿਮਰਨ ਦਾ ਕੋਰੀਅਰ ਭੇਜਿਆ ਸੀ ਨਾ ਉਹਦੇ 4 ਡੱਬਾ ਵਾਪਸ ਆ ਗਿਆ ਆਹ ਵਾਲਾ ਡੱਬਾ ਵਾਪਸ ਆਇਆ ਇਕੱਲਾ ਬਸ ਫੇਰ ਠੀਕ ਹੈ ਨਾ ਇੱਕ ਪੈਕਟ ਹੋਰ ਆ ਪੈਕਟ ਹੋਰ ਆ ਵੇਟ ਕੁਝ ਜ਼ਿਆਦਾ ਹੀ ਹੋ ਗਿਆ ਸੀ ਉਹ ਕਹ ਰਹੇ ਸੀਲ ਨਾ ਕੱਢ ਲਓ ਤਾਂ ਠੀਕ ਰਹੇਗਾ ਅਤੇ ਦਮਨ ਨੂੰ ਟਿਊਸ਼ਨ ਤੋਂ ਲੈ ਕੇ ਆ ਗਏ ਅਤੇ ਆਉਂਦਿਆਂ ਸਾਰਾ ਆਪਣੀ ਡਿਊਟੀ ਦੀ ਸਬਜ਼ੀ ਲੈ ਕੇ ਆਈ ਆਉਂਦੀ ਮੈਂ ਤੋਰੀਆਂ ਅਤੇ ਤੋਰੀਆਂ ਵੇਖ ਲਾ ਜਾਣ ਨਹੀਂ ਹੈਗੀ ਤੋਰੀਆਂ 'ਚ 50 ਰੁਪਏ ਕਿਲੋ ਮਿਲੀਆਂ ਨੇ ਅਤੇ ਰਾਤ ਦੀ ਸਬਜ਼ੀ 'ਚ ਬਣਾਵਾਂਗੇ ਆਪਾਂ ਤੋਰੀਆਂ ਆਹ ਥੱਲੇ ਕਿੰਨੇ ਰੱਖੀਆਂ ਨੇ ਅਤੇ ਮੈਂ ਸਬਜ਼ੀ ਸੁਬਜ਼ੀ ਕੱਟ ਰਹੀ ਹਾਂ ਅਤੇ ਇਸ ਤੋਂ ਬਾਅਦ ਆਪਾਂ ਨੇ ਵੀਡੀਓ ਸ਼ੂਟ ਕਰਨੀ ਸੂਟਾਂ ਵਾਲੀ ਵੀ ਕਿਉਂਕਿ ਮੇਰਾ ਦਮੂ ਆ ਗਿਆ ਅਤੇ ਮੇਰੀ ਦਮਨ ਹੈਲਪ ਕਰਵਾਉਂਦਾ ਹੁੰਦਾ ਮੇਰਾ ਦਮਨ ਆਉਂਦਿਆਂ ਹੀ ਨਾ ਉਹ ਡੱਬੇ ਨੂੰ ਲੱਗ ਗਿਆ ਲੱਡੂ ਖਾਣ ਵਿੱਚੋਂ ਤੁਸੀਂ ਜਦੋਂ ਮੈਨੂੰ ਖੁਸ਼ਖਬਰੀ ਦਿੱਤੀ ਵਾਪਸ ਆ ਕੇ ਫਿਰ ਖਾਣਾ ਹੀ ਸੀ
ਕੱਲ ਹੀ ਕਹਿ ਰਹੀ ਹਾਂ ਦੀਦੀ ਨੂੰ ਨਾ ਭੇਜੋ ਮੈਨੂੰ ਦੇ ਦੋ, ਇਹ ਨਾਰੀਅਲ ਵਾਲੇ ਨੇ ਇਹ ਹਨਾ, ਇੱਕਦਮ ਜ਼ਿਆਦਾ ਨਾ ਖਾ ਲਓ ਤੁਸੀਂ, ਖਾ ਲੈਣਾ ਇੱਕ, ਮੈਂ ਦੋ ਚਾਰ ਖਾਧੇ, ਪਾਪਾ ਨੇ ਬੋਤਲ ਖਾਧੇ ਨੇ, ਗਰਮੀ ਬਹੁਤ ਆ ਬਾਹਰ, ਇੰਨਾ ਬੁਰਾ ਹਾਲ ਹੋਇਆ ਤਾ ਕੁਛ ਹੋਣਾ, ਚਮਨ ਹੋਰੀ ਗਏ ਨੇ ਲੁਧਿਆਣੇ, ਚਮਨ ਹੋਰਾਂ ਅੱਜ ਆਉਂਦਿਆਂ ਸ਼ਾਇਦ ਇੱਧਰ ਹੀ ਆਉਣਾ, ਅਤੇ ਮੈਂ ਕਿਹਾ ਚਲੋ ਮੈਂ ਸਬਜ਼ੀ ਸੁਬਜ਼ੀ ਬਣਾ ਕੇ ਰੱਖਦਾ, ਬਾਈ ਚਾਂਸ ਟਾਈਮ ਹੋਇਆ ਤਾਂ ਰੋਟੀ ਖਾ ਜਾਣਗੇ, ਜੇ ਨਾ ਹੋਇਆ ਤਾਂ ਲੰਘ ਜਾਣਗੇ, ਤੋਰੀਆਂ ਦੇਖੀਆਂ ਖਰਾਬ ਨਹੀਂ ਵਿੱਚੋਂ, ਖਾ ਦੇ ਦੱਸ ਕੀ ਆ, ਸਬਜ਼ੀਆਂ ਖਾਣ ਨੂੰ ਜੀ ਲੈਣ ਨੂੰ ਜੀ ਨਹੀਂ ਕਰਦਾ ਹੈਗਾ, ਇਹਦੇ ਨਾਲ ਚੰਗਾ ਤਾਂ ਦਾਲਾਂ ਹੀ ਬਣਾ ਲਏ, ਕਿਉਂਕਿ ਸਾਰੀ ਖਰਾਬ ਨਿਕਲੀ ਥੋੜ੍ਹੀ, 50 ਰੁਪਏ ਕਿਲੋ 'ਚ ਹਾਏ, ਸਮੂਹ ਆ ਵੀ ਖਰਾਬ ਤੁਹਾਨੂੰ, ਮੁੜ ਕੇ ਆਓ ਉਹਨੂੰ, ਕੀ ਮੋੜ ਕੇ ਆਵਾਂ ਮੈਂ, ਉਹਨਾਂ ਤੇਲ ਫੁੱਕ ਜਾਣਾ, ਇਹ ਤੋਰੀਆਂ ਨਾਲ ਸਰ ਜੂਗਾ ਸਾਡਾ, ਮੈਨੂੰ ਤਾਂ ਲੱਗਦਾ ਨਹੀਂ ਸਰਨਾ, ਮੈਂ ਕਿਲੋ ਲੈ ਕੇ ਆਈ ਹਾਂ, ਕੜੀ ਬਣਾ ਲੈਂਦੇ ਅਸੀਂ 3 ਜਣੇ, ਹੈਂ ਕੜੀ ਚੌਲ, ਕੜੀ ਚੌਲ ਦਹੀਂ ਜਮਾਂ ਆਵਾਂਗੀ, ਕੱਲ੍ਹ ਨੂੰ ਦਹੀਂ ਜਮਾਵਾਂਗੀ, ਅੱਜ ਰਾਤ ਨੂੰ ਫਿਰ ਸਵੇਰੇ ਬਣਾਵਾਂਗੇ, ਤਾਂ ਮੈਨੂੰ ਕੜੀ ਚੌਲ ਬਹੁਤ ਪਸੰਦ ਨੇ, ਹੋਰ ਬਸ ਮੈਨੂੰ ਤਾਂ ਚਾਹੇ ਰੋਜ਼ ਦੇ ਦਿਓ, ਰੋਜ਼ ਦੇ ਦਿਓ ਕੜੀ ਚੌਲ, ਰੋਜ਼ ਰੋਜ਼ ਕਿੱਥੇ ਖਾਧੇ ਜਾਂਦੇ ਨੇ ਪੁੱਤ, ਕੜੀ ਵੀ ਆਪਾਂ ਤਾਜ਼ੀ ਤਾਜ਼ੀ ਖਾ ਲਈਏ ਤਾਂ ਖਾ ਲਈਏ, ਉਸ ਤੋਂ ਬਾਅਦ ਜੀ ਵੀ ਕਰਦਾ ਹੈਗਾ ਖਾਣ ਨੂੰ, ਮੈਂ ਸਬਜ਼ੀ ਕੱਟ ਕੇ ਅਤੇ ਦਮਨ ਨੂੰ ਦੇਣਾ ਦੁੱਧ, ਹਜੇ ਮੈਂ ਪਹਿਲਾਂ ਸਬਜ਼ੀ ਕੱਟ ਕੇ ਦਮਨ ਨੂੰ ਕਹਿੰਦੀ, ਹਜੇ ਮੈਂ ਠਹਿਰ ਕੇ ਪੀਣਾ, ਫਤਿਹ ਹੋਰੀ ਆਏ ਸੀ ਸਕੂਲ, ਹਾਂ ਮੈਂ ਲਾਇਬ੍ਰੇਰੀ 'ਚ ਬੈਠੀ ਸੀ, ਆਏ ਸੀ ਉੱਥੇ, ਮੈਂ ਕਿਹਾ ਇੱਧਰ ਓਏ ਆਇਆ, ਕਹਿੰਦਾ ਹਾਂ ਮੈਂ ਕੀ ਕਰਨਾ ਇੱਥੇ, ਕਹਿੰਦਾ ਮੈਂ ਕੋਈ ਕੰਮ ਕਰਨਾ ਸੀ, ਮੈਂ ਕਿਹੜਾ ਕੰਮ, ਮੈਨੂੰ ਮੈਮ ਨੇ ਕਿਹਾ ਸੀਗਾ ਪਤਾ ਨਹੀਂ ਕਿਹੜੀ ਮੈਮ ਨੂੰ ਬੁਲਾ ਕੇ ਲੈ ਕੇ, ਪਤਾ ਨਹੀਂ ਕੀ ਕਰਨਾ ਸੀ, ਮੈਂ ਕਿਹਾ ਅੱਛਾ, ਮੈਂ ਕਿਹਾ ਕਿਸੇ ਦੇ ਮੈਂ ਕਿਹਾ ਉਹ ਵਾਲੀ ਗੱਲ 'ਤੇ, ਕਹਿੰਦਾ ਇੱਥੇ ਤਾਂ ਰੁਕ ਜਾ, ਇੱਥੇ ਵੀ ਕਿਸੇ ਲਈ ਜਾਂਦੀ ਹਾਂ, ਮੈਂ ਕਿਹਾ ਫਿਰ ਜਾ ਭੱਜ ਜਾ, ਫਿਰ ਅਗਲੇ ਨੂੰ ਸ਼ਰਮ ਆਉਂਦੀ ਵਿਚਾਰੇ ਨੂੰ, ਹੈ ਵੀ ਸੈਸਬ੍ਰਿਜ 'ਚ ਵੀ ਗਈ ਸੀ ਮੈਂ ਉਹਦੇ ਕੋਲ, ਸਬਜ਼ੀ ਇਹਦੇ ਨਾਲ ਚੰਗਾ ਤਾਂ ਪਦਾਲ ਹੀ ਧਾਕੇ ਦੇ, ਨਾਲੇ ਨਾਲੇ ਐਂ ਟੈਨਸ਼ਨ ਕਿ ਆਹ ਜਿਹੜਾ ਮੌਸਮ ਹੈ, ਇੱਥੇ ਸਬਜ਼ੀਆਂ ਦਾ ਬੁਰਾ ਹਾਲ ਹੋਇਆ ਪਿਆ, ਮਹਿੰਗੀਆਂ ਹੋਈਆਂ ਪਈਆਂ, ਮਹਿੰਗੀਆਂ ਵੀ ਹੋਈਆਂ ਪਈਆਂ, ਹੈ ਵੀ ਚੱਜ ਦੀਆਂ ਵੀ ਤਾਂ ਹੁਣ ਤਾਂ ਵੀ ਹੈ, ਮਤਲਬ ਸਾਰੀਆਂ ਪੱਕੀਆਂ ਨਿਕਲ ਰਹੀਆਂ ਨੇ, ਇਹਨੇ ਤਾਂ ਆਪਾਂ ਜਾਣਾ ਹੈ ਨਹੀਂ, ਜਿੰਨੇ ਇੱਥੇ ਗਲਾਸ ਇਕੱਠੇ ਹੋਏ ਫਿਰ, ਅੰਮਾ ਗੋਲਗੱਪੇ ਖਾ ਚੁੱਕੀ, ਹਾਂ ਮੈਂ ਸਬਜ਼ੀ ਬਣਾ ਲੱਗੀ ਹਾਂ, ਗੋਲਗੱਪੇ ਖਾਣ ਦਾ ਟਾਈਮ ਹੈ, ਹੈਂ ਟਾਈਮ ਤਾਂ ਹੋਣਾ ਹੀ ਨਹੀਂ ਕਦੇ, 6 ਵੱਜ ਗਏ ਵੀ ਹੁਣ ਆਪਾਂ ਨੂੰ ਸਬਜ਼ੀ ਬਣਾਉਣੀ ਹੈ, ਗੋਲਗੱਪੇ ਰਹਿੰਦੇ ਬਸ, ਸਬਜ਼ੀ ਬਣ ਗਈ ਰੋਟੀ ਖਾਓ, ਤੋਰੀ ਤੋਰੀਆਂ ਆਪਾਂ ਨੇ ਕੱਟ ਲਈਆਂ, ਹੁਣ ਆਪਾਂ ਲਾਉਂਦੇ ਹਾਂ ਤੜਕਾ, ਏਸੀ ਚੋਂ ਨਿਕਲਦੇ ਤਾਂ ਚਲੋ ਸੋਈ 'ਚ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ, ਇੱਥੇ ਗੈਸ ਚੁੱਲ੍ਹਾ ਡਾਲੋ, ਆਹੋ ਇੰਨੇ ਸੋਲ ਆਪਾਂ, ਇੱਥੇ ਗੈਸ ਚੁੱਲ੍ਹਾ ਡਾਲੋ, ਬਣਾ ਲਈਏ ਆਪਣੀ ਮਰਜ਼ੀ, ਵੱਡੇ ਲੋ ਚਾਹੇ ਛੋਟੇ ਲੋ, ਛੋਟੇ ਵੀ ਹੁੰਦੇ ਨੇ, ਮੈਂ ਵੱਡੇ ਲਈ ਕਿ ਛੇਤੀ ਕੱਟੇ ਜਾਂਦੇ ਨੇ, ਛੇਤੀ ਕੰਮ ਨਿਬੜ ਜਾਂਦਾ, ਕੰਮ ਨਹੀਂ ਨਿਬੇੜਨਾ, ਰੀਝ ਨਾਲ ਕੰਮ ਕਰਨਾ, ਰੀਜਨਾ ਕਾਰ ਪਤਾ ਲੱਗੇ ਤੈਨੂੰ, ਹੈਂ ਗੱਲਾਂ ਮਾਰਦਾ ਮੇਰਾ ਪੁੱਤ ਵੱਡੀਆਂ ਵੱਡੀਆਂ, ਰੀਜਨਾ ਕੰਮ ਕਰਨਾ ਆਪਾਂ, ਅਤੇ ਰੋਟੀ ਤਾਂ ਆਪਾਂ ਰੀਜਨਾ ਹੀ ਬਣਾਉਂਦੇ ਹਾਂ ਪਿਆਰ ਨਾਲ, ਜੇ ਆਪਾਂ ਰੋਟੀ ਪਾਣੀ ਪਿਆਰ ਨਾਲ ਬਣਾਈਏ ਤਾਂ ਹੋਰ ਵੀ ਸਵਾਦ ਬਣਦੀ, ਗਰਮੀ ਕਰਕੇ ਨਾ ਮੇਰੇ ਰਸੋਈ 'ਚ ਗਾਹ ਪਿਆ ਹੋਇਆ, ਸਫਾਈ ਕਰਨ ਨੂੰ ਦਿਲ ਨਹੀਂ ਕਰਦਾ, ਗਰਮੀ ਬਹੁਤ ਰਸੋਈ 'ਚ ਖੜਿਆ ਨਹੀਂ ਜਾਂਦਾ, ਕਰਨੀਆਂ ਤਾਂ ਪੈਣੀ 'ਚ ਗਰਮੀਆਂ ਵਿੱਚ ਸਰਦੀ, ਕੰਮ ਨੂੰ ਥੋੜੀ ਨਾ ਟਾਲਣਾ, ਕੰਮ ਤਾਂ ਉਵੇਂ ਹੀ ਚੱਲਦੇ ਰਹਿਣੇ ਨੇ, ਚਾਹੇ ਜਦੋਂ ਬੰਦਾ ਮਰ ਜਾਂਦਾ ਉਦੋਂ ਵੀ ਕੰਮ ਚੱਲਦੇ ਰਹਿੰਦੇ ਨੇ, ਗਰਮੀ ਹੋਵੇ ਸਰਦੀ ਹੋਵੇ, ਐਡਾ ਸਿਆਣਾ ਕਦੋਂ ਦਾ ਹੋ ਗਿਆ ਮੇਰਾ ਪੁੱਤ, ਸਿਆਣਾ ਤਾਂ ਕਰਦਾ ਮੈਂ, ਧੀ ਮੱਤਾਂ ਦੇ ਰਹੀ ਮਾਂ ਨੂੰ, ਹੋਰ
ਤੇ ਬਸ ਜਿੱਦਾਂ ਮੌਸਮ ਥੋੜ੍ਹਾ ਠੰਡਾ ਹੋਏਗਾ ਉੱਦਾਂ ਰਸੋਈ ਦਾ ਥੋੜ੍ਹਾ ਡੀਪ ਜਿਹੀ ਸਾਫ਼ ਸਫਾਈ ਕਰਾਂਗੇ। ਗਰਮੀ ਕਰਕੇ ਨਾ ਦਿਲ ਨਹੀਂ ਕਰਦਾ ਰਸੋਈ 'ਚ, ਬਸ ਰੋਟੀ ਬਣ ਜਾਏ ਇਹੀ ਬੜਾ ਵੱਡਾ ਕੰਮ ਹੈ। ਅਤੇ ਚਲੋ ਜੀ ਪਿਆਜ਼ ਪੁਜ਼ ਕੱਟ ਕੇ ਤੜਕਾ ਲਾ ਲਈਏ ਆਪਾਂ। ਇਹਦੂ ਬਾਅਦ ਆਪਾਂ ਨੇ ਆਪਣੇ ਸੂਟਾਂ ਦੀ ਵੀਡੀਓ ਸ਼ੂਟ ਕਰਨੀ ਹੈ ਅਤੇ ਆਟਾ ਉੱਟਾ ਗੁੰਨ ਕੇ ਰੱਖ ਦਿੰਦੇ ਹਾਂ। ਅਤੇ ਆਟਾ ਅੱਜ ਆਪਣੇ ਪਿੰਡੋਂ ਆ ਗਿਆ, ਉਹ ਥੈਲਾ ਪਿਆ ਚਾਚੂ ਚੂਰੀ ਫੜਾ ਗਏ ਨਹੀਂ ਜਾਂਦੇ, ਹਾਂ ਉਹ ਢੋਲੀ 'ਚ ਪਾਉਣਾ। ਮਤਲਬ ਦੱਸਿਆ ਤੁਹਾਨੂੰ ਮੈਂ ਲੁਧਿਆਣੇ ਗਏ ਹੋਏ ਅਤੇ ਆਟਾ ਖਤਮ ਸੀ ਅਤੇ ਮੈਂ ਫੋਨ ਕੀਤਾ, ਮੈਂ ਆਟਾ ਦੇ ਦਿਓ, ਉਹ ਆਟਾ ਦੇ ਦਿਓ। ਅਤੇ ਚਲੋ ਜੀ ਮਿਲਦੇ ਹਾਂ ਤੁਹਾਨੂੰ ਨਵੇਂ ਵਲੋਗ ਦੇ ਨਾਲ। ਵਲੋਗ ਇੱਥੋਂ ਹੀ ਆਪਾਂ ਕੰਟੀਨਿਊ ਕਰ ਦਾਂਗੇ, ਬਣੇ ਰਹੋ ਤੁਸੀਂ ਵਲੋਗ 'ਚ, ਅਤੇ ਜਿਹੜੇ ਬਣੇ ਨਹੀਂ ਰਹੋ ਵਲੋਗ ਨੂੰ ਲਾਈਕ ਸ਼ੇਅਰ ਕਰਿਓ, ਕਿਉਂਕਿ ਵਲੋਗ ਹੁਣ ਆਪਾਂ ਨੇ ਇੱਥੋਂ ਹੀ ਕੰਟੀਨਿਊ ਕਰ ਦੇਣਾ। ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਵੇਂ ਲੱਗਿਆ। ਬਾਏ ਬਾਏ ਸਾਰਿਆਂ ਨੂੰ। ਉਹਨਾਂ ਤੱਕ ਆਪਾਂ ਬਾਹਰ ਦਾ ਮੌਸਮ ਦੇਖ ਕੇ ਆਉਂਦੇ ਹਾਂ। ਆਹ ਕੀ ਬਾਹਰ ਕੱਪੜੇ ਰੱਖੇ ਹੋਏ ਨੇ? ਅੱਛਾ ਓਕੇ ਓਕੇ। ਮੈਂ ਸਕਰਟ ਵਗੈਰਾ ਧੋਤੀ ਸੀ, ਸਕਰਟ ਵਗੈਰਾ ਧੋਤੀ ਸੀ। ਮੌਸਮ ਚੈੱਕ ਕਰੋ, ਇੱਧਰ ਆਪਣੇ ਕੱਪੜੇ ਅਤੇ ਉੱਤੇ ਜਾਵਾਂ ਮੰਮਾ ਅਤੇ ਆਹ ਨੇ ਆਪਣੇ ਸਟੇਅਰਸ, ਇੱਥੋਂ ਆਪਾਂ ਉੱਤੇ ਚੜ੍ਹਦੇ ਹਾਂ ਅਤੇ ਹੋਪਫੁਲੀ ਮੈਂ ਇੱਥੋਂ ਨਾ ਡਿੱਗ ਜਾਂ ਤਾਂ ਚੰਗਾ। ਉਹ ਟਟੀਰੀ ਫਿਰ ਰਹੀ ਹੈ ਉੱਡੀ, ਅਤੇ ਅੰਡੇ ਉਂਡੇ ਤਾਂ ਨਹੀਂ ਦਿੱਤੇ ਹੋਏ ਨੇ। ਅਤੇ ਉੱਤੇ ਉੱਧਰ ਦੇਖੋ ਸਨਸੈਟ ਹੋਣ ਵਾਲਾ, ਅਤੇ ਉੱਥੇ ਵੀ ਮੌਸਮ ਗੁੰਮ ਜਿਹਾ, ਹਵਾ ਤਾਂ ਚੱਲ ਨਹੀਂ ਰਹੀ। ਅਤੇ ਮੈਂ ਆ ਗਈ ਹਾਂ ਉੱਤੇ, ਮਾਹੌਲ ਚਾਲ ਦੇਖਣ, ਕੁਛ ਕਰ ਨਹੀਂ ਰਹੀ, ਬਸ ਹਵਾ ਖਾਣਾ ਸੀ ਬਟ ਹਵਾ ਚੱਲ ਨਹੀਂ ਰਹੀ। ਤਾਂ ਬਸ ਟਿਊਸ਼ਨ ਤੋਂ ਆ ਗਈ ਹਾਂ, ਹੁਣ ਬਸ ਕੰਮ ਕੰਪਲੀਟ ਕਰਨਾ ਅਤੇ ਥੋੜ੍ਹੀ ਜਿਹੀ ਮੰਮਾ ਦੀ ਵੀਡੀਓ ਸ਼ੂਟ ਕਰਵਾਉਣੀ ਆ ਬੁਟੀਕ 'ਚ, ਉਹ ਕਰਵਾਉਂਗੀ। ਅਤੇ ਮੰਮਾ ਨੇ ਜਿਵੇਂ ਕਿ ਵਲੋਗ ਖਤਮ ਕਰ ਹੀ ਦਿੱਤਾ ਅਤੇ ਆਪਾਂ ਵੀ ਐਂਡ ਕਰ ਦਾਂਗੇ ਵਲੋਗ ਨੂੰ, ਥੋੜ੍ਹਾ ਜਿਹਾ ਵਿਊ ਵਿਆਹ ਦਿਖਾ ਕੇ, ਫਿਰ ਮਿਲਾਂਗੇ ਤੁਹਾਨੂੰ ਆਪਾਂ ਅਗਲੇ ਵਲੋਗ 'ਚ। ਹਾਂਜੀ, ਸੋ ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ, ਟੇਕ ਕੇਅਰ, ਟਾਟਾ।